ਪੰਜਾਬ ਦੇ ਵਿੱਚ ਅਪਰਾਧਿਕ ਘਟਨਾਵਾਂ ਦੇ ਚੱਲਦੇ ਸੂਬੇ ਦਾ ਮਾਹੌਲ ਖੌਫਨਾਕ ਬਣਿਆ ਹੋਇਆ। ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਗੈਂਗਵਾਰ ਦੀ ਘਟਨਾ ਸਾਹਮਣੇ ਆ ਜਾਂਦੀ ਹੈ। ਇਹਨਾਂ ਘਟਨਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣ ਪਾਉਣਾ ਮੁਸ਼ਕਿਲ ਹੋ ਰਿਹਾ, ਜਿਸ ਦੇ ਚੱਲਦੇ ਸਰਕਾਰ ਨੇ 18 ਬਖਤਰਬੰਦ ਗੱਡੀਆਂ ਦਿੱਤੀਆਂ ਨੇ। ਇਹਨਾਂ ਬਖਤਰਬੰਦ ਗੱਡੀਆਂ ਦੇ ਵਿੱਚ ਟਰੈਕਟਰ ਅਤੇ ਗੱਡੀਆਂ ਸ਼ਾਮਿਲ ਨੇ। ਜ਼ਿਆਦਾਤਰ ਬਾਰਡਰ ਦੇ ਇਲਾਕੇ 'ਤੇ ਇਹ ਗੱਡੀਆਂ ਨੂੰ ਜਾਰੀ ਕੀਤਾ ਗਿਆ। ਅਜਿਹੇ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੀ 3 ਬੁਲੇਟ ਪਰੂਫ ਗੱਡੀਆਂ ਅਤੇ 5 ਟਰੈਕਟਰ ਪਹੁੰਚ ਚੁੱਕੇ ਨੇ। ਸਾਡੇ ਕੋਲ 3 ਬੁਲੇਟ ਪਰੂਫ ਗੱਡੀਆਂ ਸਕਾਰਪੀਓ ਅਤੇ 5 ਬੁਲੇਟ ਪਰੂਫ ਟਰੈਕਟਰ ਆਏ ਹੈਗੇ ਨੇ। ਇਹਨਾਂ ਨੂੰ ਆਪਾਂ ਇਸਤੇਮਾਲ ਕਰਕੇ ਆਪਾਂ ਮੌਕ ਡਰਿਲਸ ਅਤੇ ਹੋਰ ਤਿਆਰੀਆਂ ਐਕਸਰਸਾਈਜ਼ ਵਗੈਰਾ ਆਪਾਂ ਕਰਦੇ ਹਾਂ। ਇਹ ਵੱਖਰੀ ਵੱਖਰੀ ਚੀਜ਼ਾਂ ਦਾ ਯੂਜ਼ ਕਿਉਂਕਿ ਕਿਊਆਰਟੀ ਦੇ ਨਾਲ ਵੀ ਯੂਜ਼ ਕੀਤੀ ਜਾ ਰਹੀ ਹੈ, ਨਾਕਿਆਂ 'ਤੇ ਵੀ ਯੂਜ਼ ਕੀਤੀ ਜਾ ਰਹੀਆਂ ਹੈਗੀਆਂ, ਵੱਖਰੇ ਵੱਖਰੇ ਤਰੀਕੇ ਨਾਲ ਇਹਨਾਂ ਨੂੰ ਇਸਤੇਮਾਲ ਕਰਦੇ ਹਾਂ। ਪਠਾਨਕੋਟ ਤੋਂ ਅਨਿਲ ਭਾਰਦਵਾਜ ਦੀ ਰਿਪੋਰਟ, ਪੈਰੇਦਾ TV।